ਉਹਨੂੰ ਇਸ ਗੱਲ ਦਾ ਬੇਹੱਦ ਅਫਸੋਸ ਹੈ ਕਿ ਕੱਲ 15 ਲੋਕ ਜਿਹੜੇ ਹੈ ਧਰਨੇ ਤੋਂ ਆ ਰਹੇ ਹੈ ਉਹ ਜ਼ਖਮੀ ਹੋ ਗਏ ਇੱਕ ਬੰਦਾ ਉਹ ਜਾਨ ਤੋਂ ਹੱਥ ਤੋਂ ਬੈਠੇ ਦੋ ਸੀਰੀਅਸ ਹੈ ਅਸੀਂ ਉਚੇਚਾ ਤੌਰ 'ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅਤੇ ਪੰਜਾਬ ਸਰਕਾਰ ਕਿ ਉਹਨਾਂ ਦਾ ਜਿਹੜਾ ਸਾਰਾ ਇਲਾਜ ਵਗੈਰਾ ਹੈ ਉਹ ਸਰਕਾਰ ਕਰਾਵੇਗੀ ਜਿਹਦੇ ਨਾਲ ਲੜਦੇ ਹੋਏ ਸਾਡਾ ਇੱਕ ਕਿਸਾਨ ਸਾਥੀ ਵੀਰ ਸ਼ਹੀਦ ਹੋਏ ਹੈ ਦੋ ਇੱਥੇ ਐਡਮਿਟ ਹੈ ਜਿਹੜੇ ਸੀਰੀਅਸ ਹੈ ਡਾਕਟਰ ਸਾਹਿਬ ਕਹਿ ਰਹੇ ਵੀ ਇੱਕ ਦੀ ਹਾਲਾਤ ਠੀਕ ਹੈ ਇੱਕ ਦਾ ਜੇ ਪਹਿਲਾਂ ਨਾਲੋਂ ਬਿਹਤਰ ਹੈ ਕਿਉਂਕਿ ਸਿਰ 'ਚ ਚੋਟ ਉਹਨਾਂ ਦੇ ਲੱਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਖੂਬੀ ਜਾਣਦੇ ਹੋ ਕਿ ਆਰਡੀਨੈਂਸ ਦੇ ਖਿਲਾਫ ਕਿਸਾਨਾਂ ਦਾ ਧਰਨਾ ਪੂਰੇ ਪੰਜਾਬ ਵਿੱਚ ਅਲੱਗ ਅਲੱਗ ਥਾਂ 'ਤੇ ਚੱਲ ਰਿਹਾ ਹੈ ਅਤੇ ਇਸ ਲੜੀ ਦੇ ਤਹਿਤ ਕਿਸਾਨਾਂ ਵੱਲੋਂ ITI ਓਵਰ ਬ੍ਰਿਜ 'ਤੇ ਵੀ ਧਰਨਾ ਚਾਲੂ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਸਾਨਾਂ ਦਾ ਹਾਲ ਚਾਲ ਪੁੱਛਣ ਲਈ ਸਿਵਲ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲ ਪਹੁੰਚ ਕੇ ਉਹਨਾਂ ਜ਼ਖਮੀ ਹੋਏ ਕਿਸਾਨਾਂ ਦਾ ਹਾਲ ਚਾਲ ਪੁੱਛਿਆ ਅਤੇ ਐਲਾਨ ਕੀਤਾ ਕਿ ਇਹਨਾਂ ਕਿਸਾਨਾਂ ਦਾ ਸਾਰਾ ਇਲਾਜ ਮੁਫਤ ਕੀਤਾ ਜਾਵੇਗਾ ਅਤੇ ਮ੍ਰਿਤਕ ਕਿਸਾਨ ਦੀ ਵੀ ਆਰਥਿਕ ਪੱਖੋਂ ਮਦਦ ਕੀਤੀ ਜਾਵੇਗੀ ਉਹਨਾਂ ਇਸ ਆਰਡੀਨੈਂਸ ਦਾ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਠਹਿਰਾਇਆ ਕਿਉਂਕਿ ਕਿਸਾਨ ਬਾਦਲ ਪਿੰਡ ਧਰਨੇ 'ਤੇ ਬੈਠੇ ਹੋਏ ਸਨ ਅਗਰ ਧਰਨਾ ਨਾ ਲੱਗਿਆ ਹੁੰਦਾ ਤਾਂ ਸ਼ਾਇਦ ਕਿਸਾਨ ਦੀ ਮੌਤ ਨਹੀਂ ਹੋਣੀ ਸੀ ਉਹਨਾਂ ਇਸ ਸਾਰੀ ਘਟਨਾ ਉੱਤੇ ਦੁੱਖ ਵਿਅਕਤ ਕੀਤਾ ਕਿ ਇਹ ਸਾਰਾ ਕੀਤਾ ਦਰਿਆ ਕਿਤੇ ਨਾ ਕਿਤੇ ਬਾਦਲਾਂ ਦਾ ਹੀ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਤਾਂ ਉਹਨਾਂ ਨੇ ਕਿਹਾ ਕਿ ਮੌਤ ਦਾ ਜ਼ਿੰਮੇਵਾਰ ਕਾਲਾ ਕਾਨੂੰਨ ਹੈ ਉਹ ਤਿੰਨ ਆਰਡੀਨੈਂਸ ਨੇ ਜੋ ਸਰਕਾਰ ਨੇ ਕਿਸਾਨਾਂ ਉੱਤੇ ਥੋਪੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿੰਮੇਵਾਰ ਹੈ ਜਿਹਨਾਂ ਨੇ ਜਾਣ ਬੁੱਝ ਕੇ ਕਿਸਾਨਾਂ ਨੂੰ ਪੰਜਾਬ ਦੀ ਆਵਾਮ ਨੂੰ ਧੋਖਾ ਦਿੱਤਾ ਹੈ ਤੇ ਹੁਣ ਦਿਖਾਵਾ ਕੀਤਾ ਜਾ ਰਿਹਾ ਹੈ ਬੀਬੀ ਬਾਦਲ ਦੇ ਅਸਤੀਫੇ ਦਾ ਤੇ ਬਾਦਲ ਪਿੰਡ ਜੋ ਧਰਨਾ ਲੱਗਿਆ ਉਸ ਨੂੰ ਜਿੱਦਾਂ ਚੱਕਣ ਦੀ ਕੋਸ਼ਿਸ਼ ਕੀਤੀ ਗਈ ਕਿਸਾਨ ਦੀ ਮੌਤ ਹੋਈ ਬੇਸ਼ੱਕ ਅਸੀਂ ਉਹਨਾਂ ਕਿਸਾਨਾਂ ਨੂੰ ਮੁਫ਼ਤ ਇਲਾਜ ਵੀ ਦੇਵਾਂਗੇ ਅਤੇ ਮ੍ਰਿਤਕ ਦੀ ਵੀ ਆਰਥਿਕ ਮਦਦ ਕਰਾਂਗੇ ਪਰ ਇਸ ਦਾ ਜ਼ਿੰਮੇਵਾਰ ਕੌਣ ਹੈ ਇਹ ਦੁਨੀਆ ਜਾਣਦੀ ਹੈ ਦੁੱਖ ਦੀ ਘੜੀ ਹੈ ਔਰ ਜੇ ਜਿਸ ਵੀ ਇਨਸਾਨ ਦੇ ਸੀਨੇ 'ਚ ਦਿਲ ਹੈ ਉਹਨੂੰ ਇਸ ਗੱਲ ਦਾ ਬੇਹੱਦ ਅਫਸੋਸ ਹੈ ਕਿ ਕੱਲ 15 ਲੋਕ ਜਿਹੜੇ ਹੈ ਧਰਨੇ ਤੋਂ ਆ ਰਹੇ ਹੈ ਉਹ ਜ਼ਖਮੀ ਹੋ ਗਏ ਇੱਕ ਬੰਦਾ ਉਹ ਜਾਨ ਤੋਂ ਹੱਥ ਤੋਂ ਬੈਠੇ ਦੋ ਸੀਰੀਅਸ ਹੈ ਅਸੀਂ ਉਚੇਚਾ ਤੌਰ 'ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅਤੇ ਪੰਜਾਬ ਸਰਕਾਰ ਕਿ ਉਹਨਾਂ ਦਾ ਜਿਹੜਾ ਸਾਰਾ ਇਲਾਜ ਵਗੈਰਾ ਹੈ ਉਹ ਸਰਕਾਰ ਕਰਾਵੇਗੀ ਜਿਨ੍ਹਾਂ ਜਿਨ੍ਹਾਂ ਦੇ ਸੱਟਾਂ ਵੱਜੀਆਂ ਉਹਨਾਂ ਨੂੰ ਮੁਨਾਸਿਬ ਰਕਮ ਜਿਹੜੀ ਹੈ ਉਹ ਉਹਨਾਂ ਦੇ ਪਰਿਵਾਰਾਂ ਨੂੰ ਮੁਹੱਈਆ ਕਰਾਈ ਜਾਏਗੀ ਔਰ ਇੱਕ ਜਿਹੜੇ ਇਨਸਾਨ ਦੀ ਮੌਤ ਹੈਗੀ ਉਹਨੂੰ ਸਰਕਾਰ ਕੰਪਨਸੇਸ਼ਨ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਇਸ ਸਾਰੀ ਘਟਨਾ ਨੂੰ ਜਾਖੜ ਸਾਹਿਬ ਪਹਿਲਾਂ ਹੀ ਫਰਮਾ ਕੇ ਗਏ ਹੈ ਕਿ ਜਿਨ੍ਹਾਂ ਬੰਦਿਆਂ ਨੇ ਇਹ ਨੌਬਤ ਲੈ ਕੇ ਆਏ ਇਹ ਨੌਬਤ 'ਚ ਆਈ ਕਿ ਜਿਹਦੇ ਵਜ੍ਹਾ ਨਾਲ ਇਹ ਧਰਨੇ ਲੱਗੇ ਤਾਂ ਉਹ ਅਖਲਾਕੀ ਤੌਰ 'ਤੇ ਤਾਂ ਜ਼ਿੰਮੇਵਾਰ ਥੈਂਕ ਯੂ ਸਰ ਜਿਹਦੇ ਨਾਲ ਲੜਦੇ ਹੋਏ ਸਾਡਾ ਇੱਕ ਕਿਸਾਨ ਸਾਥੀ ਵੀਰ ਸ਼ਹੀਦ ਹੋਏ ਹੈ ਦੋ ਇੱਥੇ ਐਡਮਿਟ ਹੈ ਜਿਹੜੇ ਸੀਰੀਅਸ ਹੈ ਡਾਕਟਰ ਸਾਹਿਬ ਕਹਿ ਰਹੇ ਵੀ ਇੱਕ ਦੀ ਹਾਲਾਤ ਠੀਕ ਹੈ ਇੱਕ ਦਾ ਜੇ ਪਹਿਲਾਂ ਨਾਲੋਂ ਬਿਹਤਰ ਹੈ ਕਿਉਂਕਿ ਸਿਰ 'ਚ ਚੋਟ ਉਹਨਾਂ ਦੇ ਲੱਗੀ ਹੈ ਅਤੇ ਉਹਨਾਂ ਦੇ ਵਾਸਤੇ ਜਿਸ ਤਰ੍ਹਾਂ ਮਨਪ੍ਰੀਤ ਜੀ ਅਤੇ ਕਾਂਗੜ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਜਿਸ ਤਰ੍ਹਾਂ ਆਪਣੇ ਪਰਿਵਾਰ ਦੇ ਮੈਂਬਰ ਦੀ ਕੋਈ ਦੇਖਭਾਲ ਕਰਦਾ ਕੈਪਟਨ ਸਾਹਿਬ ਨੇ ਖਾਸ ਤੌਰ 'ਤੇ ਮੰਤਰੀ ਸਾਹਿਬਾਨ ਨੂੰ ਇਸ ਕਰਕੇ ਭੇਜਿਆ ਵੀ ਉਹਨਾਂ ਨੂੰ ਹੌਸਲਾ ਬੰਧਾ ਕੇ ਆਓ ਅਤੇ ਸਰਕਾਰ ਪੂਰਾ ਆਪਣੇ ਪਰਿਵਾਰ ਦੇ ਮੈਂਬਰ ਤਰ੍ਹਾਂ ਤੁਹਾਡਾ ਹਰ ਸੰਭਵ ਸਹਾਇਤਾ ਵੀ ਕਰੂਗੀ ਕੋਈ ਵੀ ਕਿਸੇ ਕਿਸਮ ਦੇ ਖਰਚੇ ਪਾਣੀ ਦੇ ਇਹਨਾਂ ਮਸਲਿਆਂ 'ਚ ਕੋਈ ਇਹਦਾ ਕੰਸੀਡਰੇਸ਼ਨ ਹੀ ਨਹੀਂ ਅੱਜ ਜਾਨ ਬਚਣੀ ਚਾਹੀਦੀ ਹੈ ਬਾਕੀ ਜਿਹੜੇ ਸਿਵਲ ਹੋਸਪਿਟਲ 'ਚ ਐਡਮਿਟ ਹੈ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਵੀ ਪੜਤਾਲ ਉਹਨਾਂ ਨਾਲ ਉਹਨਾਂ ਦਾ ਸੁੱਖ ਦੁੱਖ ਸਾਂਝਾ ਕਰਾਂ ਦੀ ਜਾਨ ਚਲੇਗੀ ਡੈਥ ਹੋ ਗਈ ਕਿਸਾਨ ਦੀ ਕੋਈ ਮੁਆਵਜ਼ਾ ਵਗੈਰਾ ਸਰਕਾਰ ਨੂੰ ਕਰ ਰਹੀ ਹੈ ਸਾਰਾ ਕੁਝ ਹੀ ਹੋਗਾ ਜੀ ਮੰਤਰੀ ਸਾਹਿਬ ਤੁਹਾਨੂੰ ਦੱਸਣਗੇ ਸਾਰਾ ਕੁਝ ਬਾਦਲ ਪਿੰਡ ਦੇ ਵੀ ਦੂਸਰੀ ਘਟਨਾ ਪਹਿਲਾਂ ਬਾਦਲ ਪਿੰਡ ਕਿਸਾਨ ਜ਼ਹਿਰ ਖਾ ਕੇ ਹੁਣ ਤੁਸੀਂ ਕੱਲ੍ਹ ਧਰਨੇ ਵਿੱਚ ਬੈਠੇ ਨੇ ਹੁਣ ਇਹ ਕਿਸਾਨ ਦਾ ਐਕਸੀਡੈਂਟ ਹੋ ਕੇ ਮੌਤ ਹੋ ਗਈ ਇਹ ਜ਼ਿੰਮੇਵਾਰ ਤੁਸੀਂ ਕਿਹਨੂੰ ਮੰਨਦੇ ਹੋ ਜ਼ਿੰਮੇਵਾਰ ਕਾਲਾ ਕਾਨੂੰਨ ਹੈ ਜ਼ਿੰਮੇਵਾਰ ਉਹ ਲੋਕ ਹੈ ਜਿਨ੍ਹਾਂ ਨੇ ਆਹ ਕਾਲਾ ਕਾਨੂੰਨ ਲੈ ਕੇ ਆਏ ਹੈ ਅਤੇ ਸਭ ਤੋਂ ਵੱਡਾ ਜਿਹੜਾ ਮੈਨੂੰ ਦੁੱਖ ਹੈ ਕਹਿੰਦੇ ਵੀ ਘਰ ਕੇ ਅੰਦਰ ਜਿਸ ਤਰ੍ਹਾਂ ਵਿਭੂਸ਼ਣ ਉਹ ਬੈਠਾ ਸੀਗਾ ਜਿਨ੍ਹਾਂ ਨੇ ਅੰਦਰ ਬੈਠ ਕੇ ਮਾਰਿਆ ਕਰਦੇ ਅੰਦਰ ਜਿਹੜੇ ਬੈਠੇ ਹੈ ਉਹਨਾਂ ਨਾਲ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਰੋਸ ਹੈ ਜਿਨ੍ਹਾਂ ਨੇ ਅੰਦਰ ਹੋ ਕੇ
उन्होंने 4 महीने ताई इन्हां काले कानूनां नूं किसान पक्षी दस के वकालत की। तो हुण इन्हां किसानां ने आ जो इन्हां संघर्ष विड़िया उहदे करके अज उन्हां नूं घुटने टेकने पए, यू टर्न करना पिया, अज जिहड़े भमीरी बने फिरदे है। पर उहदे बाद भी जिहड़ी अज दुख की गल है, मैनूं अज भी जिस गल का कोई गुस्सा गिला तां सारिआं नूं है, पर एक दुख हुंदा है जदों अपना कोई हो के ते पिट च छुरा मारे, वो बड़ा दुखदाई है। भी परिवार के अंदर भी तुसीं देखो भी अजे भी नहीं टलदे दोगली जबान नाल। सुखबीर जी कह रहे हैं काला कानून है किसान, मैं नहीं कह रही भी कानून माड़े है, यह तो किसान है जिहड़े भोले कमले इन्हां नूं माड़े दसी जांदे है। उहदे बाद जिहड़ा मैं समझदा एक होर प्रगटावा जिहड़ा होया, मैं समझदा बड़ा गंभीर मुद्दा है पंजाब दा। किसान चाहे ज़्यादा पढ़िया लिखा नहीं, कमज़ोर हो सकता, भोला हो सकता, पर समझदा भी जदों राष्ट्रपति साहब तो टाइम मंगया सी इन्हां ने, अकाली पार्टी ने, उहदे च इन्हें कहा सी भी साडा जिहड़ा भी डेलीगेशन आऊगा 5 बंदे दा, उहदे विच सिर्फ किसान बैकग्राउंड दे किसान जिहड़े आणगे, पिछोकड़ वाले लोग गए। कौन उत्थे की पुंदड़ साहब उत्थे गए, पुंदड़ साहब तो भी ज़्यादा जिहड़ा अज परिवार एक नूं अजे भी मोदी साहब दे उन्हां नूं राजी करन च लगे हुए है। बीबा जी हरसिमरत कौर क्यों नहीं सी उत्थे, लोक सभा दे अंदर विप इशू करना पिया, ते उहदे बाद ना उन्हां दा उत्थे जाणा, पुंदड़ साहब दा ना आउणा, ब्रह्मपुरा जी दा अपने चंदू माजरा दे जी नाल नाल ना होणा, आ दस रहा है। जिहड़े किसानां दी एकता दी गल करी जांदे आ, अपनी पार्टी नूं इकट्ठा नहीं रख सकते, क्योंकि पार्टी दे जिहड़े किसान पिछोकड़ दे लोक है अज उह भरे पीते फिरदे आ भी तुसीं बेड़ा गर्क करता इस पार्टी दा। पर एक एजेंट दे तौर ते मोदी साहब दी पार्टी उन्हां नूं इत्थे वापस राजी करन वास्ते या वापस मंत्रीमंडल लैण वास्ते उन्हां दी कोशिश है कि किसानां नूं भ्रमित किया जाए। तो आ जिहड़ी एकता बड़ी मुश्किलां नाल बनी है, मैं इन्नी एकता इकट्ठ जिहड़ा है सारी किसान जथेबंदियां दा नहीं देखिया। आ हुण चक्का जाम विचाले कहिंदे असीं अपना चक्का जाम करांगे, इन्हां दी कोशिश है किसान एकता दा चक्का जाम किया जाए, किसी तरह दो फड़ किया जाए, किसान समझी बैठे है। पर दुख है भी जिन्हां लोकां ने सारी उम्र किसानी के नाम पर राजनीति की हुए, तो अज जो वक्त पिया किसानी पर उदों किसानी के अपने अपने तौर पर कर रहे हैं। अज जिहड़ा भी कोई प्रोटेस्ट कर रहा, मैं समझदा किसानों वास्ते प्रोटेस्ट हो रहे। अज अगर कोई दोगली नीति अगर पंजाब किसी की हैगी जिहड़ी दो जबान च बोल रहे, वह अकाली दल, मेरा शिकवा अकाली दल नाल भी नहीं। अकाली दल देखो संघर्ष साडे नाल राजनीतिक विरोध रहे है, पर वह संघर्ष चो निकले, उन्होंने मोर्चे लाए है, उन्होंने कुरबानियां दित्तियां, सुखबीर जी वाली कुरबानी नहीं, उन्होंने जेलां कट्टियां, उन्होंने शहादतां दित्तियां। पर अज अगर कोई दोगली जबान नाल बोल रहा, साडी जिहड़ी विरोध है इस प्रेजेंट लीडरशिप, श्रोमणी अकाली दल नहीं साहब, सुखबीर अकाली दल की जिहड़ी प्रेजेंट लीडरशिप है जिन्हें दोगली जबान करके पंजाब के किसान का केस कमजोर किया उत्थे, उहदे खिलाफ जिहड़ा है साडा उहनां अलग कोई भी नहीं कर रहे साहब। मैं ट्रैक्टर रैली लैके गया, कैप्टन साहब मेरे नाल है नहीं सीगे, चाहे सिद्धू साहब किसान के पक्ष से बोलन, चाहे कांगड़ साहब बोल रहे हैं, चाहे मनप्रीत जी बोल रहे हैं, आवाज़ कहना आग तेरे सीने में हो चाहे मेरे सीने में हो, ये आग जलनी चाहिए। अज किसान नूं लोड़ है सारा पंजाब इकट्ठा होए, यह दोगली जबान वाले तो बच के पंजाब रहूगा। तो मैं समझना भी साड़ी आ जिहड़ी लड़ाई है संघर्ष सानू, मैं समझना भी एक कहिंदे ना आपां क्यों पेंडू पिछोकड़ दे लोग हैं, अपशुगन हुंदा है। पहला इन्होंने अनाउंस किया कि असीं चले हैं जी अकाल तख्त साहब, उत्थे मत्था टेक के आवांगे, पर उत्थे मत्था ना टेक के मोदी साहब के मत्था टेकन जाते रहे। फिर उन्होंने कहा उत्थों आ के असीं अकाल तख्त साहब जावांगे, हुण अकाल तख्त साहब तो फिर मूँह फेर के यह कहिंदे असीं तलवंडी साहब। पर पंजाब दे लोग भुलदे नहीं, जिस तरह बरगाड़ी बहबल कलां कांड दा इन्हां ने जो कुछ जबर पाप किया उहदे बाद भी यह जाके माफ़ी मंगण गए सी अकाल तख्त साहब, तो उत्थे माफ़ी की मंग के, गुप्त माफ़ी मंग के, उदों भी पंथ दी पिट च छुरा मारिया सी, अज फिर किसानों की पिट से छुरा मारे। मैं समझदा वाहगुरु सब देखदा, आ वाहगुरु की मैं समझदा भी इन्हों आने वाली थान उन्होंने लैके आना है, उतों जलील होकर निकले। मोदी साहब ने कन्नों बार कटिया साहब जी शहादत कह रहे हैं, सुखबीर जी की बड़ी सोची समझी चाल सी जदों 15 तारीख में एसेंशियल कमोडिटीज़ एक्ट पेश होना आगा भी मैं किसान की पक्की गल कर लूँगा। बीबा जी ने दिन आन नहीं दिता हरसिमरत जी, तुसीं लोक सभा च ना आयो,
ਤੁਸੀਂ ਆਪਣਾ ਜਾ ਕੇ ਮੋਦੀ ਸਾਹਿਬ ਨੂੰ ਸਮਝਾ ਦਿਓ ਵੀ ਮੈਂ ਇਹਨਾਂ ਦੇ ਨਾਲ ਨਹੀਂ, ਮੈਂ ਤੁਹਾਡੇ ਨਾਲ ਹਾਂ। ਕਿਸਾਨ ਤਾਂ ਕਮਲੇ ਦੇ ਫਿਰਦੇ ਆ। ਅਤੇ ਸੁਖਬੀਰ ਹੋਰਾਂ ਦਾ ਸੀਗਾ, ਮੈਂ ਜਾ ਕੇ ਉੱਥੇ ਬਾਦਲ ਪਿੰਡ ਜਿਹੜਾ ਮੋਰਚਾ ਲੱਗਿਆ ਜਿਹਦੇ ਵਿੱਚ ਅੱਜ ਸ਼ਹੀਦ ਹੋਏ, ਮੈਂ ਜਾ ਕੇ ਕਿਸਾਨਾਂ ਨੂੰ ਕਹਿਤਾ ਦੇਖੋ ਮੈਂ ਕਿੱਡਾ ਵੱਡਾ ਕਦਮ ਲਿਆ, ਅੰਦਰ ਰਹਿ ਕੇ NDA 'ਚ ਮੈਂ ਤੁਹਾਡੀ ਗੱਲ ਰੱਖ ਕੇ ਆਇਆ। ਪਰ ਸੁਖਬੀਰ ਜੀ ਭੁੱਲ ਗਏ, ਉਹ ਤਾਂ ਫਰਾਖ ਦਿਲ ਡਾਕਟਰ ਮਨਮੋਹਨ ਸਿੰਘ ਸੀਗੇ ਜਿਹੜੇ ਪੰਜਾਬ ਦਾ ਜਦੋਂ ਨਾਂ ਆ ਜਾਂਦਾ ਸੀਗਾ ਉਹਨਾਂ ਨੇ ਵੈਸੇ ਕੱਫੇ ਖੋਲ੍ਹ ਦੇ ਦਿੰਦੇ ਸੀਗੇ। ਆਹ ਮੋਦੀ ਸਾਹਿਬ ਉਹਨਾਂ ਨੇ ਸ਼ਾਮ ਨੂੰ ਕਹਿਤਾ NDA 'ਚ ਰਹਿ ਕੇ ਅਗਰ ਇੱਕ ਫਲੈਗਸ਼ਿਪ ਜਿਹੜਾ ਪ੍ਰੋਗਰਾਮ ਮੇਰਾ ਹੈ ਮੋਦੀ ਸਾਹਿਬ ਦਾ ਉਹਦੇ ਖਿਲਾਫ ਬੋਲੋਗੇ ਅਸਤੀਫਾ ਦੇ ਦਿਓ, ਕਿਉਂਕਿ ਤੁਸੀਂ ਫਾਊਂਡਰ ਮੈਂਬਰ ਰਹੇ ਹੋ NDA ਦੇ, ਅਦਰਵਾਈਜ਼ ਮੈਂ ਸ਼ਾਮ ਨੂੰ ਤੁਹਾਨੂੰ ਕਹਿੰਦਾ ਡਿਸਮਿਸ ਕਰੂੰਗਾ। ਆਹ ਕੰਨੋਂ ਫੜ ਕੇ ਇਹਨਾਂ ਨੂੰ ਬਾਹਰ ਕੱਢਿਆ ਗਿਆ। ਹੁਣ ਇਹਨਾਂ ਨੂੰ ਰਾਜ਼ੀ ਕਰਨ ਵਾਸਤੇ ਅੱਧਾ ਪਰਿਵਾਰ ਉਹਨਾਂ ਦੀ ਬੋਲੀ ਬੋਲ ਰਿਹਾ, ਅੱਧਾ ਪਰਿਵਾਰ ਕਿਸਾਨਾਂ ਨੂੰ, ਇਹਨਾਂ ਦੀ ਸਮੱਸਿਆ ਹੋਈ ਖੜੀ ਹੈ। ਮੈਂ ਇੱਧਰ ਜਾਊਂ ਜਾਂ ਮੈਂ ਉੱਧਰ ਜਾਊਂ, ਦੇਖੋ ਮੈਂ ਇੰਨੀ ਗੱਲ ਕਹੂੰਗਾ, ਖਰਗੋਸ਼ ਰਾਤ ਨੂੰ ਮਾਰਿਆ ਗਿਆ। ਉਹਨਾਂ ਨੇ ਡਰਾਈਵਰ ਨੂੰ ਕਿਤੇ ਪੁੱਛ ਲਿਆ ਵੀ ਆ ਖਰਗੋਸ਼ ਮਾਰਿਆ ਕਿਉਂ ਗਿਆ, ਕਹਿੰਦਾ ਜੀ ਲਾਈਟਾਂ ਪੈ ਗਈਆਂ, ਉਹ ਕਹਿੰਦਾ ਜੀ ਗੱਡੀ ਤੇਜ਼ ਸੀ, ਕਹਿੰਦੇ ਨਹੀਂ ਇਹਨੂੰ ਆਹੀ ਫੈਸਲਾ ਨਹੀਂ ਕਰ ਸਕਿਆ ਵੀ ਕਿੱਧਰ ਜਾਣਾ ਚਾਹੀਦਾ, ਗਾਂਹ ਜਾਣਾ ਚਾਹੀਦਾ, ਪਿਛਾਂ ਜਾਣਾ ਚਾਹੀਦਾ। ਇਹਨਾਂ ਦਾ ਵੀ ਹਾਲ ਜਿਹੜਾ ਹੈ, ਇਹ ਕਿਸਾਨੀ ਦੇ ਨਾਮ 'ਤੇ ਵੋਟਾਂ 50 ਸਾਲ ਤਾਈਂ ਰਾਜ ਕਰਕੇ ਗਏ ਹੈ, ਅੱਜ ਇਹਨਾਂ ਨੂੰ ਆਹ ਵੀ ਸੋਚਣਾ ਪੈ ਗਿਆ ਵੀ ਕਿਸਾਨ ਦੇ ਨਾਲ ਖੜਾਂਗੇ। ਅਤੇ ਅੱਜ ਜੋ ਕੁਛ ਇਹਨਾਂ ਦੇ ਨਾਲ ਹੋ ਰਿਹਾ, ਇਹਨਾਂ ਦੀ ਕੀਤੀ ਜਿਹੜਾ ਗੁਰੂ ਮਹਾਰਾਜ ਦੀ ਬੇਅਦਬੀਆਂ ਕਰਾਈਆਂ, ਸਿੰਘਾਂ ਦੇ ਉੱਤੇ ਗੋਲੀਆਂ ਚਲਵਾਈਆਂ, ਉਸੇ ਕਰਕੇ ਅੱਜ ਇਹਨਾਂ ਦੀ ਅਕਲ ਚਾਲ ਜਿਹੜੀ ਆ ਹੋਈ ਹੈ ਉਹਦੇ ਨਤੀਜੇ। ਆਪ ਉਹ ਬਾਤ ਕਿਉਂ ਪੁੱਛਦੇ ਹੋ ਜੋ ਬਤਾਣੇ ਕੇ ਕਾਬਿਲ ਨਹੀਂ ਹੈ, ਸਾਰਾ ਪੰਜਾਬ ਜਾਣਦਾ ਸਾਨੂੰ। ਆਹ ਜਿਹੜੇ ਕਹਿੰਦੇ ਨਾ ਵੀ 4 ਦਿਨਾਂ 'ਚ ਕੋਰ ਕਮੇਟੀ ਦੀ ਮੀਟਿੰਗ ਹੋਊਗੀ ਅਤੇ ਉਹਦੇ ਬਾਅਦ ਫੈਸਲਾ ਕਰਾਂਗੇ, ਸਾਹਿਬ ਆਹ ਫੈਸਲਾ ਤਾਂ ਘਰ ਬੈਠ ਕੇ ਕਿਚਨ 'ਚ ਹੋਊਗਾ ਵੀ ਅਗਲੀ ਸ਼ਹਾਦਤ ਕਿਹਦੀ ਹੋਊਗੀ। ਜਦੋਂ ਤਾਈਂ ਜਲੰਧਰ ਵਾਲਾ ਇਨਫੋਰਸਮੈਂਟ ਡਾਇਰੈਕਟਰੇਟ ਦੀ ਫਾਈਲ ਪਈ ਹੈ ਸਾਹਿਬ, ਉਦੋਂ ਤਾਈਂ ਆਹ ਫੈਸਲੇ ਹੁੰਦੇ ਨਹੀਂ, ਅਦਰਵਾਈਜ਼ ਕਿਹੜੀ ਜ਼ਬਾਨ ਨਾਲ ਅੱਜ ਤੁਰੇ ਫਿਰਦੇ ਕਿਸਾਨ ਮਰ ਰਹੇ ਹੈ, ਕਿਸਾਨ ਸ਼ਹੀਦ ਹੋ ਰਹੇ ਹੈ। ਅਤੇ ਸੁਖਬੀਰ ਬਾਦਲ ਜੀ ਕਹਿ ਰਹੇ, ਕਹਿੰਦੇ ਮੈਂ ਅਜੇ ਪਤਾ ਲਊਂਗਾ ਲੋਕਾਂ ਨਾਲ ਵੀ ਅਸੀਂ ਸੰਗਠਾ ਇਹਨਾਂ ਨਾਲ ਆਪਣਾ ਭਾਈਵਾਲ ਜੋੜੀਏ ਕਿ ਨਾ ਜੋੜੀਏ। ਕੱਲ੍ਹ ਜਿਹੜਾ 50 ਰੁਪਏ ਇਹਨਾਂ ਨੇ ਕਣਕ ਦੀ ਕਮੀਜ਼ 'ਚ ਉਸ 'ਚ ਕੀਮਤ 'ਚ ਵਾਧਾ ਕੀਤਾ, ਮੈਂ ਕਹਿੰਦਾ ਰਗੜਿਆ ਇਹਦੇ ਵਿੱਚ ਸਾਡੇ ਜ਼ਖਮਾਂ ਦੇ ਅੰਦਰ ਨੂਣ ਰਗੜਿਆ। ਮੋਦੀ ਸਾਹਿਬ ਨਾਲ ਨਹੀਂ ਗਿਲਾ, ਮੋਦੀ ਸਾਹਿਬ ਦੇ ਭਾਈਵਾਲ ਆ, ਕੋਈ BJP ਸਰਕਾਰ ਨਹੀਂ, ਆਹ BJP ਅਕਾਲੀ ਭਾਈਵਾਲ ਸਰਕਾਰ ਹੈ। ਅਤੇ ਅਜੇ ਵੀ ਸੁਖਬੀਰ ਜੀ ਕਹਿ ਰਹੇ, ਦੇਖੋ ਇਹਨਾਂ ਦੀ ਕਰਦੀਆਂ ਮਜਬੂਰੀਆਂ, ਤੁਸੀਂ ਕਰਦਾ ਮਸਲਾ ਘਰ 'ਚ ਨਿਬੇੜੋ ਸੁਖਬੀਰ ਜੀ, ਪੰਜਾਬ ਦੇ ਵਿੱਚ ਤਾਂ ਕਿਸਾਨ ਦੇ ਨਾਲ ਖੜਨਾ ਪਊਗਾ। ਤੁਸੀਂ ਜਦੋਂ ਕਿਸਾਨ ਨੂੰ ਲੋੜ ਸੀ ਉਦੋਂ ਪਿੱਠ 'ਚ ਛੁਰਾ ਮਾਰਿਆ, ਅੱਜ ਕਿਸਾਨੀ ਦੇ ਨਾਮ 'ਚ ਲੋਕਾਂ ਨੇ ਤੁਹਾਨੂੰ ਦੇ ਨਾਲ ਮੋਢਾ ਲਾ ਕੇ ਅੱਗੇ ਹੋ ਕੇ, ਕਿਉਂਕਿ ਦੇਖੋ ਕੈਪਟਨ ਅਮਰਿੰਦਰ ਸਿੰਘ ਬੈਠੇ ਉੱਥੇ SYL ਦੇ, ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਸੀ ਵੀ CRPF ਲਵਾ ਕੇ ਅਤੇ ਕਰ ਦਿਓ, ਤਾਂ ਅਸੀਂ ਤਾਂ ਪਹਿਲਾਂ ਵੀ ਸਾਨੂੰ ਕਿਸੇ ਨੂੰ ਕਹਿੰਦਾ ਵਾਹਤ ਕੰਗਣ ਕੋ ਆਰਸੀ ਕਿਆਰ ਪੜ੍ਹੇ ਲਿਖੇ ਕੋ ਫਾਰਸੀ ਕਿਆ। ਕਾਂਗਰਸ ਦਾ ਸਟੈਂਡ ਬਿਲਕੁਲ ਕਲੀਅਰ ਹੈ, ਤਾਂ ਕੋਈ ਸੁਖਬੀਰ ਬਾਦਲ ਦਾ ਸਟੈਂਡ ਨਹੀਂ। ਗੁਰਪ੍ਰੀਤ, ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਕਿ ਕਿਸਾਨ ਜਿਸ ਤਰੀਕੇ ਦੇ ਨਾਲ ਸੜਕਾਂ ਉੱਤੇ ਉਤਰ ਕੇ ਜੂਝ ਰਹੇ ਨੇ ਅਤੇ ਸਿਆਸੀ ਧਿਰਾਂ 'ਚ ਤਾਂ ਮੋਢੇ ਨਾਲ ਮੋਢਾ ਲਾ ਕੇ ਉਤਰੀਆਂ ਹੋਈਆਂ ਨੇ, ਹੁਣ ਤਾਂ ਪੰਜਾਬੀ ਗਾਇਕ ਵੀ ਇਸ ਲੜਾਈ ਵਿੱਚ, ਇਸ ਜੰਗ ਵਿੱਚ ਸ਼ਾਮਿਲ ਹੋ ਗਏ ਨੇ। ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ, ਇਹ ਗੱਲ ਚਾਹੇ ਅਕਾਲੀ ਭਾਜਪਾ ਦੀ ਹੋਵੇ ਜਾਂ ਕਾਂਗਰਸ ਪਾਰਟੀ ਦੀ, ਇਹ ਉਹ ਰਵਾਇਤੀ ਪਾਰਟੀਆਂ ਨੇ ਜਿਨ੍ਹਾਂ ਨੇ ਸਾਲ ਦਰ ਸਾਲ ਦਹਾਕਿਆਂ ਦਹਾਕੇ ਪੰਜਾਬ ਦੀ ਸੱਤਾ ਦਾ ਸੁੱਖ ਭੋਗਿਆ ਹੈ ਅਤੇ ਪੰਜਾਬ ਦੀ ਆਵਾਮ ਨੂੰ ਹਮੇਸ਼ਾ ਦੁੱਖ ਹੀ ਦਿੱਤਾ ਹੈ। ਇਸ ਲਈ ਆਗਾਮੀ 2022 ਦੀਆਂ ਚੋਣਾਂ ਵਿੱਚ ਆਪਣੀ ਵੋਟ ਭੁਗਤਾਨ ਤੋਂ ਪਹਿਲਾਂ ਨਜ਼ਰ ਜ਼ਰੂਰ ਘੁਮਾ ਲੈਣਾ ਕਿ ਕਿਤੇ ਅਸੀਂ ਮੁੜ ਇਹਨਾਂ ਰਵਾਇਤੀ ਪਾਰਟੀਆਂ 'ਤੇ ਭਰੋਸਾ ਕਰਕੇ ਆਪਣੇ ਆਪ ਨੂੰ, ਆਪਣੇ ਪੰਜਾਬ ਨੂੰ ਧੋਖਾ ਤਾਂ ਨਹੀਂ ਦੇ ਰਹੇ। ਅਤੇ ਇਹ ਲੜਾਈ ਕਿਸਾਨਾਂ ਦੀ ਅਸੀਂ ਤਾਂ ਹੀ ਜਿੱਤ ਸਕਾਂਗੇ ਜੇਕਰ ਇੱਕਜੁੱਟ ਇੱਕਮੁੱਠ ਹੋ ਕੇ ਹਰ ਪੰਜਾਬ ਦਾ ਨਾਗਰਿਕ ਇਸ ਜੰਗ ਵਿੱਚ ਕਿਸਾਨਾਂ ਦਾ ਸਾਥ ਦੇਵੇਗਾ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਬਠਿੰਡਾ ਤੋਂ AS ਕੈਂਥ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।